हंझू पंजाब की जिहड़ी मुहिम इन्होंने शुरू की है, जिहड़ा पंजाब दे विच नशा वध रहा है, ये नाटक के नाल असी जिहड़े आने वाली पीढ़ी है, जिहड़े यूथ है, उन्हां नूं असी सही गल्लों प्रभावित कर सकीए भी जे बंदा नशा करता है तो उहदे की हालात बन जाते हैं, उहदे परिवार के की हालात बन जाते हैं, ताकि उन्हां नूं जदों दिखता है भी इदां हालात हुंदे हैं तो उन्हां नूं वो चीज़ रिपेल बैक करती है, तो वो ये गल्लां तो हटणगे, क्योंकि जदों करन लग जांदा उहनूं पता नहीं हुंदा भी अगे दे कॉन्सीक्वेंसिस की हैं, जदों उहनूं आपां दिखाने भी तेरा भविख की हो जूगा फिर वो ये गल्लों हट सकता है, तो असी यह मुहिम शुरू की है ता कि जिहड़ा यूथ है उन्हों असी एक चंगी सेध दे सकी, एक चंगा सर लोग जिहड़े आ पंजाब दे मुख्यमंत्री चरणजीत सिंह चन्नी नाल काफ़ी जुड़े हुए सन, तो लोग कह रहे भी कदों तक जिहड़े पंजाब मुख्यमंत्री साहब आ सकते ने सर? वो जल्द आणगे, वो अपने हजे परसनल डिवेलपमेंट कर रहे हैं तो वो जल्द थोड़े विच पहुँचते होंगे। सर कांग्रेस सरकार है जिहड़ी नशियां दा लक तोड़न नूं लैके बनी सी, पर उस वेले दे विच कोई ज़्यादा जिहड़ी कामयाबी नहीं मिली, लगता है कि हुण इस मुहिम नूं हंगारा मिलेगा जदकि सरकार अपने तौर पर कामयाब नहीं हो सकी? देखो जदों सरकार सी असी उस टाइम भी अपने जिन्ना परसनली असी कर सकते सी उन्ना कीता, विच सरकार दे एज अ वजीर हुंदे होए, ते जदों मुख्यमंत्री दा सानूं मौका मिलिया असी उस समय भी अपने वालों पूरी जोर कोशिश कीती भी असी किस तरह सुधार सकीए, ते जिहड़ा सुधार है ये असी एक परसनल डिवेलपमेंट वल नूं लैके चले हैं, ताकि बंदे नूं बदल सकीए असी, उही ना उधर नूं जा सके। जिहड़ा सरकार दा काम हुंदा उह हुंदा नशा तस्करी नूं बंद करना, नशे जिहड़े लोग बेचदे आ उहनां नूं फड़ना, तां इह जिहड़ा इह है भी असी जिहड़ा बंदा उही ना करे उहनूं इन्ना असी सेध दे सकीए, उहनूं उहदी सूझवान बना सकीए तां कि उही नशे वल ना जा सके। ਇੱਕ ਕਾਂਗਰਸੀ ਆਗੂ ਤੇ ਉੱਪਰ ਦਾ ਸਤਾਰਾ ਜਿਹੜਾ ਨੌਜਵਾਨ ਸੀ ਸਿੱਧੂ ਮੂਸੇਵਾਲ ਉਹ ਦਿਨ ਦਿਹਾੜੇ ਕਤਲ ਹੋ ਜਾਂਦਾ, ਲੱਗਦਾ ਵੀ ਜਿਹੜੇ ਹੁਣ ਗੈਂਗਸਟਰ ਫੜੇ ਜਾ ਰਹੇ ਆ ਵੀ ਤਕਰੀਬਨ ਹੋ ਚੁੱਕੀ ਹੈ ਉਹਨਾਂ ਦੀ ਫੜਾਈ? ਇਹ ਤਾਂ ਤੁਸੀਂ ਹੁਣੀ ਉਹਨਾਂ ਦਾ ਬਿਆਨ ਸੁਣਿਆ ਹੋਣਾ, ਸੀਐਮ ਸਾਹਿਬ ਕਹਿੰਦੇ ਵੀ ਅਸੀਂ ਉੱਥੇ ਉਹਨੂੰ ਫੜ ਕੇ ਅਸੀਂ ਇੱਥੇ ਲੈ ਕੇ ਆ ਰਹੇ ਹਾਂ, ਉਹ ਕਿੰਨਾ ਮਤਲਬ ਝੂਠ ਦੇ ਉੱਤੇ ਉਹ ਬਿਆਨ ਦਿੱਤਾ ਗਿਆ, ਬਜਾਏ ਕਿ ਉਹਨੇ ਉੱਧਰ ਉੱਥੇ ਅਸਾਈਲਮ ਮੰਗੀ ਹੈ, ਉੱਥੇ ਉਹਨੂੰ ਸਿਰਫ ਫੜਿਆ ਗਿਆ, ਕੋਈ ਇੱਧਰ ਉਹ ਕੈਨੇਡੀਅਨ ਸਿਟੀਜ਼ਨ ਹੈ, ਕੋਈ ਮਤਲਬ ਇਹਨਾਂ ਕੋਲ ਆਧਾਰ ਨਹੀਂ ਸੀ, ਉੱਧਰ ਇਲੈਕਸ਼ਨ 5 ਤਰੀਕ ਨੂੰ ਇਲੈਕਸ਼ਨ ਹੋਣੀ ਸੀ, ਇਹਦਾ ਝੂਠ ਬਿਆਨ ਦੇਤਾ ਵੀ ਦੇਖੋ ਅਸੀਂ ਫੜ ਕੇ ਲੈ ਕੇ ਆਉਣ ਲੱਗੇ। ਇਸ ਤੋਂ ਪਹਿਲਾਂ ਲਾਰਸ ਬਿਸਨੋਈ ਫੜਿਆ ਜਾ ਚੁੱਕਿਆ ਜੀ? ਉਹ ਤਾਂ ਬਹੁਤ ਪਹਿਲਾਂ ਦਾ ਫੜਿਆ ਹੋਇਆ ਹੈ, ਉਹਦੇ ਇਸ ਨਾਲ ਕਨੈਕਸ਼ਨ ਹੈ, ਉਹ ਜ਼ਿਆਦਾ ਉਹ ਜਾਣਦੇ ਆ ਜਿਹੜੇ ਇਸ ਦੀ ਜਾਂਚ ਕਰ ਰਹੇ, ਅਤੇ ਇਹਦੇ ਬਾਰੇ ਮੈਨੂੰ ਇੰਨਾ ਜ਼ਿਆਦਾ ਨੌਲੇਜ ਨਹੀਂ ਹੈ। ਦੇਖੋ ਇਹ ਹੰਝੂ ਪੰਜਾਬ ਦੀ ਜਿਹੜੀ ਮੁਹਿੰਮ ਇਹਨਾਂ ਨੇ ਸ਼ੁਰੂ ਕੀਤੀ ਹੈ, ਜਿਹੜਾ ਪੰਜਾਬ ਦੇ ਵਿੱਚ ਨਸ਼ਾ ਵੱਧ ਰਿਹਾ, ਇਹ ਨਾਟਕ ਦੇ ਨਾਲ ਅਸੀਂ ਜਿਹੜੇ ਆਉਣ ਵਾਲੀ ਪੀੜ੍ਹੀ ਹੈ, ਜਿਹੜੇ ਯੂਥ ਹੈ, ਉਹਨਾਂ ਨੂੰ ਅਸੀਂ ਸਹੀ ਗੱਲੋਂ ਪ੍ਰਭਾਵਿਤ ਕਰ ਸਕੀਏ ਵੀ ਜੇ ਬੰਦਾ ਨਸ਼ਾ ਕਰਦਾ ਹੈ ਤਾਂ ਉਹਦੇ ਕੀ ਹਾਲਾਤ ਬਣ ਜਾਂਦੇ ਹੈ, ਉਹਦੇ ਪਰਿਵਾਰ ਦੇ ਕੀ ਹਾਲਾਤ ਬਣ ਜਾਂਦੇ ਹੈ, ਤਾਂ ਕਿ ਉਹਨਾਂ ਨੂੰ ਜਦੋਂ ਦਿਖਦਾ ਵੀ ਇੱਦਾਂ ਹਾਲਾਤ ਹੁੰਦੇ ਹੈ ਤਾਂ ਉਹਨਾਂ ਨੂੰ ਉਹ ਚੀਜ਼ ਰਿਪੈਲ ਬੈਕ ਕਰਦੀ ਹੈ, ਤਾਂ ਉਹ ਇਹ ਗੱਲਾਂ ਤੋਂ ਹਟਣਗੇ, ਕਿਉਂਕਿ ਜਦੋਂ ਕਰਨ ਲੱਗ ਜਾਂਦਾ ਉਹਨੂੰ ਪਤਾ ਨਹੀਂ ਹੁੰਦਾ ਵੀ ਅੱਗੇ ਦੇ ਕੌਨਸੀਕੁਐਂਸਿਸ ਕੀ ਹੈ, ਜਦੋਂ ਉਹਨੂੰ ਆਪਾਂ ਦਿਖਾਉਂਦੇ ਹਾਂ ਵੀ ਤੇਰਾ ਭਵਿੱਖ ਕੀ ਹੋ ਜੂਗਾ ਫਿਰ ਉਹ ਇਹ ਗੱਲੋਂ ਹਟ ਸਕਦਾ, ਤਾਂ ਅਸੀਂ ਇਹ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਕਿ ਜਿਹੜਾ ਯੂਥ ਹੈ ਉਹਨੂੰ ਅਸੀਂ ਇੱਕ ਚੰਗੀ ਸੇਧ ਦੇ ਸਕੀਏ, ਇੱਕ ਚੰਗਾ। ਸਰ ਲੋਕ ਜਿਹੜੇ ਆ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕਾਫੀ ਜੁੜੇ ਹੋਏ ਸਨ, ਤੇ ਲੋਕ ਕਹਿ ਰਹੇ ਵੀ ਕਦੋਂ ਤੱਕ ਜਿਹੜੇ ਪੰਜਾਬ ਮੁੱਖ ਮੰਤਰੀ ਸਾਹਿਬ ਆ ਸਕਦੇ ਨੇ ਸਰ? ਉਹ ਜਲਦ ਆਣਗੇ, ਉਹ ਆਪਣੇ ਹਜੇ ਪਰਸਨਲ ਡਿਵੈਲਪਮੈਂਟ ਕਰ ਰਹੇ ਹੈ ਤੇ ਉਹ ਜਲਦ ਤੁਹਾਡੇ ਵਿੱਚ ਪਹੁੰਚਦੇ ਹੋਣਗੇ। ਸਰ ਕਾਂਗਰਸ ਸਰਕਾਰ ਹੈ ਜਿਹੜੀ ਨਸ਼ਿਆਂ ਦਾ ਲੱਕ ਤੋੜਨ ਨੂੰ ਲੈ ਕੇ ਬਣੀ ਸੀ, ਪਰ ਉਸ ਵੇਲੇ ਦੇ ਵਿੱਚ ਕੋਈ ਜ਼ਿਆਦਾ ਜਿਹੜੀ ਕਾਮਯਾਬੀ ਨਹੀਂ ਮਿਲੀ, ਲੱਗਦਾ ਹੈ ਕਿ ਹੁਣ ਇਸ ਮੁਹਿੰਮ ਨੂੰ ਹੰਗਾਰਾ ਮਿਲੂਗਾ ਜਦਕਿ ਸਰਕਾਰ ਆਪਣੇ ਤੌਰ 'ਤੇ ਕਾਮਯਾਬ ਨਹੀਂ ਹੋ ਸਕੀ? ਦੇਖੋ ਜਦੋਂ ਸਰਕਾਰ ਸੀ ਅਸੀਂ ਉਸ ਟਾਈਮ ਵੀ ਆਪਣੇ ਜਿੰਨਾ ਪਰਸਨਲੀ ਅਸੀਂ ਕਰ ਸਕਦੇ ਸੀ ਉਹਨਾਂ ਕੀਤਾ, ਵਿੱਚ ਸਰਕਾਰ ਦੇ ਐਜ਼ ਅ ਵਜ਼ੀਰ ਹੁੰਦੇ ਹੋਏ, ਅਤੇ ਜਦੋਂ ਮੁੱਖ ਮੰਤਰੀ ਦਾ ਸਾਨੂੰ ਮੌਕਾ ਮਿਲਿਆ ਅਸੀਂ ਉਸ ਸਮੇਂ ਵੀ ਆਪਣੇ ਵੱਲੋਂ ਪੂਰੀ ਜ਼ੋਰ ਕੋਸ਼ਿਸ਼ ਕੀਤੀ ਵੀ ਅਸੀਂ ਕਿਸ ਤਰ੍ਹਾਂ ਸੁਧਾਰ ਸਕੀਏ, ਅਤੇ ਜਿਹੜਾ ਸੁਧਾਰ ਹੈ ਇਹ ਅਸੀਂ ਇੱਕ ਪਰਸਨਲ ਡਿਵੈਲਪਮੈਂਟ ਵੱਲ ਨੂੰ ਲੈ ਕੇ ਚੱਲੇ ਹਾਂ, ਤਾਂ ਕਿ ਬੰਦੇ ਨੂੰ ਬਦਲ ਸਕੀਏ ਅਸੀਂ, ਉਹੀ ਨਾ ਉੱਧਰ ਨੂੰ ਜਾ ਸਕੇ। ਜਿਹੜਾ ਸਰਕਾਰ ਦਾ ਕੰਮ ਹੁੰਦਾ ਉਹ ਹੁੰਦਾ ਨਸ਼ਾ ਤਸਕਰੀ ਨੂੰ ਬੰਦ ਕਰਨਾ, ਨਸ਼ੇ ਜਿਹੜੇ ਲੋਕ ਵੇਚਦੇ ਆ ਉਹਨਾਂ ਨੂੰ ਫੜਨਾ, ਤਾਂ ਇਹ ਜਿਹੜਾ ਇਹ ਹੈ ਵੀ ਅਸੀਂ ਜਿਹੜਾ ਬੰਦਾ ਉਹੀ ਨਾ ਕਰੇ ਉਹਨੂੰ ਇੰਨਾ ਅਸੀਂ ਸੇਧ ਦੇ ਸਕੀਏ, ਉਹਨੂੰ ਉਹਦੀ ਸੂਝਵਾਨ ਬਣਾ ਸਕੀਏ ਤਾਂ ਕਿ ਉਹੀ ਨਸ਼ੇ ਵੱਲ ਨਾ ਜਾ ਸਕੇ। ਇੱਕ ਕਾਂਗਰਸੀ ਆਗੂ ਤੇ ਉੱਪਰ ਦਾ ਸਤਾਰਾ ਜਿਹੜਾ ਨੌਜਵਾਨ ਸੀ ਸਿੱਧੂ ਮੂਸੇਵਾਲ ਉਹ ਦਿਨ ਦਿਹਾੜੇ ਕਤਲ ਹੋ ਜਾਂਦਾ, ਲੱਗਦਾ ਵੀ ਜਿਹੜੇ ਹੁਣ ਗੈਂਗਸਟਰ ਫੜੇ ਜਾ ਰਹੇ ਆ ਵੀ ਤਕਰੀਬਨ ਹੋ ਚੁੱਕੀ ਹੈ ਉਹਨਾਂ ਦੀ ਫੜਾਈ? ਇਹ ਤਾਂ ਤੁਸੀਂ ਹੁਣੀ ਉਹਨਾਂ ਦਾ ਬਿਆਨ ਸੁਣਿਆ ਹੋਣਾ, ਸੀਐਮ ਸਾਹਿਬ ਕਹਿੰਦੇ ਵੀ ਅਸੀਂ ਉੱਥੇ ਉਹਨੂੰ ਫੜ ਕੇ ਅਸੀਂ ਇੱਥੇ ਲੈ ਕੇ ਆ ਰਹੇ ਹਾਂ, ਉਹ ਕਿੰਨਾ ਮਤਲਬ ਝੂਠ ਦੇ ਉੱਤੇ ਉਹ ਬਿਆਨ ਦਿੱਤਾ ਗਿਆ, ਬਜਾਏ ਕਿ ਉਹਨੇ ਉੱਧਰ ਉੱਥੇ ਅਸਾਈਲਮ ਮੰਗੀ ਹੈ,
ਉੱਥੇ ਉਹਨੂੰ ਸਿਰਫ ਫੜਿਆ ਗਿਆ। ਕੋਈ ਇੱਧਰ ਉਹ ਕੈਨੇਡੀਅਨ ਸਿਟੀਜ਼ਨ ਹੈ, ਕੋਈ ਮਤਲਬ ਇਹਨਾਂ ਕੋਲ ਆਧਾਰ ਨਹੀਂ ਸੀ। ਉੱਧਰ ਇਲੈਕਸ਼ਨ 5 ਤਰੀਕ ਨੂੰ ਇਲੈਕਸ਼ਨ ਹੋਣੀ ਸੀ, ਇਹਦਾ ਝੂਠ ਬਿਆਨ ਦੇਤਾ ਵੀ ਦੇਖੋ ਅਸੀਂ ਫੜ ਕੇ ਲੈ ਕੇ ਆਣ। ਇਸ ਤੋਂ ਪਹਿਲਾਂ ਲਾਰਸ ਬਿਸਨੋਈ ਫੜਿਆ ਜਾ ਚੁੱਕਿਆ ਜੀ? ਉਹ ਤਾਂ ਬਹੁਤ ਪਹਿਲਾਂ ਦਾ ਫੜਿਆ ਹੋਇਆ, ਉਹਦੇ ਇਸ ਨਾਲ ਕਨੈਕਸ਼ਨ ਆ, ਉਹ ਜ਼ਿਆਦਾ ਉਹ ਜਾਣਦੇ ਆ ਜਿਹੜੇ ਇਸ ਦੀ ਜਾਂਚ ਕਰ ਰਹੇ ਆ, ਅਤੇ ਇਹਦੇ ਬਾਰੇ ਮੈਨੂੰ ਇੰਨਾ ਜ਼ਿਆਦਾ ਨੌਲੇਜ ਨਹੀਂ ਹੈ।